ਜੇ ਤੁਸੀਂ ਇੱਕ ਚਾਹ ਦੇ ਕੱਪ ਨੂੰ ਇੰਜੋਏ ਨਹੀਂ ਨਾ ਕਰ ਸਕਦੇ ਜ਼ਿੰਦਗੀ ਨਹੀਂ ਹੈ ਤੁਹਾਡੇ ਕੋਲ ਅਭੀ ਨਹੀਂ ਜਿੱਤਣਾ ਅਭੀ ਹਮਕੋ ਬਾਹਰ ਲੈਣੇ ਦੋ ਖਿੱਚ ਕੇ ਹਮਕੋ ਬਟਾਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਲਵਲ ਔਜਲਾ ਵਿਜ਼ਿਟ ਪੰਜਾਬ ਚੈਨਲ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਅਲੂਣਾ ਤੋਲਾ ਜੋ ਕਿ ਪਿੰਡ ਪਾਇਲ ਲਾਗੇ ਲੁਧਿਆਣੇ 'ਚ ਪੈਂਦਾ ਹੈ ਪੰਜਾਬ ਦਾ ਇੱਕ ਹੋਰ ਖੂਬਸੂਰਤ ਪਿੰਡ ਪਾਇਲ ਪਿੰਡ ਤੋਂ ਅਲੂਣਾ ਤੋਲਾ ਜਾਣ ਦੇ ਲਈ ਤੁਹਾਨੂੰ ਘੁੜੱਕੇ ਦਾ ਸਫ਼ਰ ਕਰਨਾ ਪਏਗਾ ਜੋ ਕਿ ਕਾਫ਼ੀ ਅੱਛਾ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹ ਘੁੜੱਕੇ ਵੀ ਪੰਜਾਬ ਦੇ ਵਿਰਸੇ ਦਾ ਇੱਕ ਹਿੱਸਾ ਨੇ ਜਿਹਨੂੰ ਅੱਜ ਕੱਲ੍ਹ ਲੈਂਬਰਗਿਨੀ ਵੀ ਕਿਹਾ ਜਾਂਦਾ ਹੈ ਦੋਸਤੋ ਜੇ ਤੁਹਾਨੂੰ ਮੇਰੀ ਬਣਾਈ ਗਈ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅੱਜ ਹੀ ਅਸੀਂ ਆ ਗਏ ਹਾਂ ਪਿੰਡ ਅਲੂਣਾ ਤੋਲਾ ਅਤੇ ਇਸ ਵਕਤ ਅਸੀਂ ਕੋਚ ਗੁਰਪ੍ਰੀਤ ਜੀ ਦੇ ਘਰ ਹਾਂ ਆ ਉਹਨਾਂ ਦੀ ਤਸਵੀਰ ਲੱਗੀ ਹੈ ਸਾਹਮਣੇ ਬਸ ਪਹਿਲਾਂ ਤਾਂ ਇਹਨੂੰ ਹੈਗਾ ਨਿਆਣਿਆਂ ਨੂੰ ਇਹਨਾਂ ਬਹੁਤਾ ਲਿੰਕ ਚਾਹੀਦਾ ਪਿਆਰ ਆ ਬੱਚਿਆਂ ਨਾਲ ਆ ਜੀ ਕਲਾਕਾਰ ਨੇ ਸਾਰੇ ਜਿਨ੍ਹਾਂ ਨੇ ਆਪਣੀ ਕਲਾਕਾਰੀ ਦੇ ਨਾਲ ਇਸ ਪਿੰਡ ਨੂੰ ਬੜੀ ਖੂਬਸੂਰਤੀ ਦੇ ਨਾਲ ਰੰਗਿਆ ਹੈ ਜ਼ਿਆਦਾਤਰ ਕਲਾਕਾਰ ਜਿਹੜੇ ਨੇ ਉਹ ਬੋਂਬੇ ਤੋਂ ਆਏ ਨੇ ਇਹ ਸਾਰੇ ਜਾਣੇ ਦਿਲੋਂ ਕੰਮ ਕਰ ਰਹੇ ਨੇ ਆ ਸਾਡੇ ਗੁਰਪ੍ਰੀਤ ਭਾਅ ਜੀ ਨੇ ਇਸ ਪਿੰਡ ਨੂੰ ਖੂਬਸੂਰਤ ਬਣਾਉਣ ਦੇ ਪਿੱਛੇ ਸਾਰੀ ਇਹਨਾਂ ਦੀ ਸੋਚ ਹੈ ਅਤੇ ਕਲਾਕਾਰੀ ਸਾਰੀ ਪੇਂਟ ਆਫ ਪੰਜਾਬ ਦੇ ਕਲਾਕਾਰਾਂ ਦੀ ਹੈ ਪਿੰਡ ਨੂੰ ਸੋਹਣਾ ਬਣਾਉਣ ਦੇ ਨਾਲ ਹੀ ਗੁਰਪ੍ਰੀਤ ਭਾਅ ਜੀ ਦੀ ਸੋਚ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਅਤੇ ਖੇਡਾਂ ਵੱਲ ਉਹਦਾ ਰੁੱਖ ਕੀਤਾ ਜਾਵੇ ਭਾਅ ਜੀ ਨਾਲ ਮਿਲ ਕੇ ਬਹੁਤ ਅੱਛਾ ਲੱਗਾ ਉਹ ਇੱਕ ਬਹੁਤ ਅੱਛੇ ਇਨਸਾਨ ਨੇ ਅਤੇ ਅੱਛੀ ਸੋਚ ਰੱਖਦੇ ਨੇ ਆਪਣੇ ਪੰਜਾਬ ਬਾਰੇ ਆਪਣੇ ਪਿੰਡ ਬਾਰੇ ਆਪਣੇ ਪੰਜਾਬ ਦੇ ਲੋਕਾਂ ਬਾਰੇ ਪਿੰਡ ਦੇ ਨੌਜਵਾਨਾਂ ਦਾ ਸਾਥ ਲੈ ਕੇ ਉਹਨਾਂ ਨੇ ਪਿੰਡ ਨੂੰ ਸਾਫ਼ ਸੁਥਰਾ ਬਣਾਇਆ ਤੁਸੀਂ ਪਿੰਡ ਵਿੱਚ ਜਦੋਂ ਆਓਗੇ ਤੁਸੀਂ ਦੇਖੋਗੇ ਤੁਹਾਨੂੰ ਉੱਥੇ ਕਿਤੇ ਵੀ ਗੰਦਗੀ ਦਾ ਢੇਰ ਨਹੀਂ ਮਿਲੇਗਾ ਪਿੰਡ ਵਿੱਚ ਸਫਾਈ ਦਾ ਖਾਸ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਹੈ ਇਸ ਦੇ ਵਿੱਚ ਪਿੰਡ ਵਾਲੇ ਵੀ ਉਹਨਾਂ ਦਾ ਸਹਿਯੋਗ ਕਰਦੇ ਨੇ ਕੰਮ ਤਾਂ ਹੀ ਹੁੰਦਾ ਹੈ ਜੇ ਸਾਰੇ ਮਿਲ ਕੇ ਚੱਲਣ ਪਿੰਡ ਨੂੰ ਸਾਫ਼ ਰੱਖਣਾ ਹਰ ਬੰਦਾ ਆਪਣਾ ਫਰਜ਼ ਸਮਝੇ ਵਾਰਿਸ ਸ਼ਾਹ ਨੇ ਕਿਹਾ ਸੀ ਜਿੱਥੇ ਸਫਾਈ ਨਹੀਂ ਉੱਥੇ ਖੁਦਾਈ ਨਹੀਂ ਹੋਰ ਭਾਵੇਂ ਜਿੱਦਾਂ ਦਾ ਮਰਜ਼ੀ ਪਿੰਡ ਹੋਵੇ ਪਰ ਜੇ ਉਹ ਸਾਫ਼ ਹੈ ਤਾਂ ਉਹ ਬਹੁਤ ਖੂਬਸੂਰਤ ਹੈ ਪੰਜਾਬ ਵਿੱਚ ਹਰ ਪਿੰਡ ਨੂੰ ਹਰ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ ਜੇ ਉੱਥੇ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਦੂਜਾ ਕੁਦਰਤ ਦਾ ਜਿੱਥੇ ਕੁਦਰਤ ਹੈ ਜਿੱਥੇ ਹਰਿਆਲੀ ਹੈ ਉਹ ਜਗ੍ਹਾ ਸਭ ਤੋਂ ਖੂਬਸੂਰਤ ਹੈ ਸਾਨੂੰ ਸਾਰਿਆਂ ਨੂੰ ਆਪਣੇ ਪਿੰਡ ਨਾਲ ਇੱਦਾਂ ਹੀ ਪਿਆਰ ਹੋਣਾ ਚਾਹੀਦਾ ਹੈ ਅਤੇ ਉਹਨੂੰ ਸਾਫ਼ ਰੱਖਣ ਦੇ ਪਿੱਛੇ ਸਾਰਿਆਂ ਨੂੰ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਪਿੰਡ ਵਿੱਚ ਆ ਕੇ ਤੁਹਾਨੂੰ ਇੱਦਾਂ ਲੱਗੇਗਾ ਕਿ ਤੁਸੀਂ ਕਿਤੇ ਬਾਹਰਲੇ ਮੁਲਕ ਵਿੱਚ ਘੁੰਮ ਰਹੇ ਹੋ ਬਹੁਤ ਖੂਬਸੂਰਤ ਹੈ ਆ ਜੀ ਕਲਾਕਾਰ ਨੇ ਜੋ ਆਪਣੀ ਇਮੈਜੀਨੇਸ਼ਨ ਦੇ ਜ਼ਰੀਏ ਇਸ ਪਿੰਡ ਦੀ ਹਰ ਦੀਵਾਰ ਨੂੰ ਰੰਗ ਰਹੇ ਨੇ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਤਸਵੀਰਾਂ ਤਿਆਰ ਕਰ ਰਹੇ ਨੇ ਪਿੰਡ ਵਿੱਚ ਹਜੇ ਵੀ ਕੰਮ ਜਾਰੀ ਹੈ ਸਾਰੇ ਆਰਟਿਸਟ ਆਪਣੀ ਇਮੈਜੀਨੇਸ਼ਨ ਦੀਵਾਰਾਂ 'ਤੇ ਹਜੇ ਵੀ ਉਤਾਰ ਰਹੇ ਨੇ ਚੰਗਾ ਜੀ ਦੋਸਤੋ ਤੁਸੀਂ ਦੇਖੋ ਇਸ ਪਿੰਡ ਵਿੱਚ ਇਹਨਾਂ ਕਲਾਕਾਰਾਂ ਨੇ ਆਪਣੀ ਕਲਾਕਾਰੀ ਦੇ ਨਾਲ ਕਿੱਦਾਂ ਇਸ ਪਿੰਡ ਨੂੰ ਰੰਗ ਦਿੱਤਾ ਹੈ ਅਤੇ ਖੂਬਸੂਰਤ ਬਣਾ ਦਿੱਤਾ ਹੈ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਦੇ ਵਿੱਚ ਹੱਸਦੇ ਰਹੋ ਵੱਸਦੇ ਰਹੋ ਰੱਬ ਰਾਖਾ
ਕੁੜੀਆਂ ਦੇ ਲਈ ਆੜ ਨੇ ਇੱਕ ਪੁਰਾਣਾ ਘਰ ਹੈ। ਮਿੱਟੀ ਦਾ ਚੁੱਲ੍ਹਾ ਕਿਸੇ ਵਕਤ ਬੜੀ ਰੀਝ ਦੇ ਨਾਲ ਬਣਾਇਆ ਹੋਇਆ ਸੰਦੂਕ ਆਪਣਾ ਖਾਸ ਸਮਾਨ ਰੱਖਣ ਦੇ ਲਈ। ਗਾਰੇ ਦੀ ਚਨਾਈ ਦੀ ਕੰਧ